ਸਤਿ ਸ਼੍ਰੀ ਅਕਾਲ ABP ਸਾਂਝਾ ਦੇਖ ਰਹੇ ਹੋ ਤੁਸੀਂ, ਮੈਂ ਹਾਂ ਹਰਪਿੰਦਰ ਸਿੰਘ। ਫਰੰਟ ਫੁੱਟ ਦੇ ਵਿੱਚ ਤੁਹਾਡਾ ਸਵਾਗਤ ਹੈ। SYL ਦੇ ਮੁੱਦੇ ਤੇ ਪੰਜਾਬ ਅਤੇ ਹਰਿਆਣਾ ਵਿਚਕਾਰ ਇੱਕ ਵਾਰ ਫਿਰ ਤੋਂ ਸਿਆਸਤ ਸ਼ੁਰੂ ਹੋ ਗਈ ਹੈ। ਇਹ ਬਵਾਲ ਆਖਰ ਸ਼ੁਰੂ ਹੋਇਆ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੰਚਾਰਜ ਸੁਸ਼ੀਲ ਗੁਪਤਾ ਦੇ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ। SYL ਨਹਿਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਵੱਖ ਵੱਖ ਸਿਆਸਤ ਹੈ। ਹਰਿਆਣਾ ਵਿੱਚ ਆਪ ਦੇ ਇੰਚਾਰਜ ਸਾਂਸਦ ਸੁਸ਼ੀਲ ਗੁਪਤਾ ਨੇ ਕਿਹਾ ਕਿ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਬਣ ਗਈ ਹੈ। ਹੁਣ 2024 ਵਿੱਚ ਹਰਿਆਣਾ 'ਚ ਸਰਕਾਰ ਬਣੀ ਤਾਂ ਹਰ ਖੇਤ ਵਿੱਚ SYL ਨਹਿਰ ਦਾ ਪਾਣੀ ਪਹੁੰਚੇਗਾ। बता दूं उनकी नीयत नहीं है, सुप्रीम कोर्ट और हाई कोर्ट की बात नहीं है, सरकार की नीयत होनी चाहिए। केंद्र के अंदर बीजेपी की सरकार है, हरियाणा में बीजेपी की सरकार है। वैसे तो कैप्टन भी बीजेपी का आदमी था, परंतु पहले बादल की और बीजेपी के साथ की सरकार थी, इन्होंने SYL का मुद्दा हल ले लिया। मैं आपको ये बता रहा हूँ, ऐसे ही कांग्रेस की भी तीनों जगह सरकार रही, इन्होंने हल ले किया। 2024 में हमारी सरकार आ रही है, 2025 में हरियाणा के हर खेत के डोले में पानी भेजेंगे, ये हमारा वायदा नहीं है, ये हमारी गारंटी है। ਪੰਜਾਬ ਵਿੱਚ ਆਪ ਦੇ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਉਹ ਦੂਜੇ ਰਾਜ ਨੂੰ ਪਾਣੀ ਦੀ ਇੱਕ ਬੂੰਦ ਵੀ ਨਹੀਂ ਜਾਣ ਦੇਣਗੇ, ਉਹ ਹਰ ਕੁਰਬਾਨੀ ਦੇਣ ਨੂੰ ਤਿਆਰ ਨੇ। ਪੰਜਾਬ ਦੇ ਪਾਣੀਆਂ ਉੱਤੇ ਪੰਜਾਬ ਦਾ ਹੱਕ ਹੈਗਾ, ਇੱਕ ਵੀ ਬੂੰਦ ਪੰਜਾਬ ਦੇ ਪਾਣੀ ਦੀ ਕਿਸੇ ਵੀ ਸੂਬੇ ਨਹੀਂ ਜਾਣ ਦੇਵਾਂਗੇ। ਜਿਹੜੀ ਵੀ ਕੁਰਬਾਨੀ ਕਰਨੀ ਪਈ ਪੰਜਾਬ ਲਈ ਉਹ ਕੁਰਬਾਨੀ ਕਰਾਂਗੇ, ਆਪਣੀ ਜਾਨ ਕੁਰਬਾਨ ਕਰ ਦਿਆਂਗੇ। ਇੱਕ ਵੀ ਬੂੰਦ ਪਾਣੀ ਦੀ ਪੰਜਾਬ ਦੇ ਪਾਣੀ ਦੀ ਬਾਹਰਲੇ ਸੂਬੇ ਨਹੀਂ ਜਾਊਗੀ। ਮੈਂ ਹੈਰਾਨ ਹੈਗਾ ਕਿ ਜਿਹੜੇ ਲੋਕ ਸਾਨੂੰ ਸਵਾਲ ਪੁੱਛ ਰਹੇ ਨੇ ਕਿ ਇਹ ਸਾਰਾ ਮੁੱਦਾ ਉਹਨਾਂ ਦੀਆਂ ਸਰਕਾਰਾਂ ਸਮੇਂ ਖੜਾ ਹੋਇਆ। ਜਦੋਂ ਪੰਜਾਬ ਵਿੱਚ ਇਹਨਾਂ ਲੋਕਾਂ ਦੀ ਸਰਕਾਰ ਹੁੰਦੀ ਸੀਗੀ ਉਦੋਂ ਸਾਰੇ ਮੁੱਦੇ ਖੜੇ ਹੋਏ, ਉਦੋਂ ਇਹ ਮੁੱਦੇ ਪੈਦਾ ਕੀਤੇ ਗਏ, ਅੱਜ ਉਹਨਾਂ ਮੁੱਦਿਆਂ 'ਤੇ ਸਿਆਸਤ ਕਰ ਰਹੇ ਨੇ ਲੋਕ। ਬਿਲਕੁਲ ਸਪਸ਼ਟ ਕਰਦੇ ਹਾਂ ਕਿ ਪੰਜਾਬ ਸਰਕਾਰ ਇੱਕ ਵੀ ਬੂੰਦ ਪਾਣੀ ਦੀ ਬਾਹਰ ਨਹੀਂ ਜਾਣ ਦੇਊਂਗੀ। ਇਹਦੇ ਲਈ ਕੋਈ ਵੀ ਲੜਾਈ ਲੜਦੀ ਪਈ ਅਸੀਂ ਡਟ ਕੇ ਲੜਾਂਗੇ। ਔਰ ਦੂਜੇ ਪਾਸੇ ਪੰਜਾਬ ਸਰਕਾਰ, ਸਾਡੀ ਸਰਕਾਰ ਜਿਹੜੀ ਆ, ਉਹ ਸਾਰੇ ਜਿਹੜੇ ਯੋਜਨਾਵਾਂ ਬਣਾ ਰਹੇ ਹਾਂ, ਸਕੀਮਾਂ ਬਣਾ ਰਿਹਾ ਕਿ ਕਿਵੇਂ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾਵੇ, ਕਿਉਂਕਿ ਇਹਨਾਂ ਲੋਕਾਂ ਦੀਆਂ ਸਰਕਾਰਾਂ ਸਮੇਂ, ਚਾਹੇ ਅਕਾਲੀ ਦਲ ਆ, BJP ਆ, ਕਾਂਗਰਸ ਆ, ਇਹਨਾਂ ਦੀਆਂ ਸਰਕਾਰਾਂ ਸਮੇਂ ਧਰਤੀ ਹੇਠਲਾ ਪਾਣੀ ਥੱਲੇ ਨੂੰ ਗਿਆ ਔਰ ਸਾਡਾ ਨਦੀਆਂ ਨਹਿਰਾਂ ਦਾ ਪਾਣੀ ਪੋਲਿਊਟ ਕੀਤਾ ਗਿਆ। ਆਮ ਆਦਮੀ ਪਾਰਟੀ ਸਰਕਾਰ ਬਣੀ ਆ, ਬਿਲਕੁਲ ਸਾਰੀਆਂ ਸਕੀਮਾਂ ਬਣਾਵਾਂਗੇ ਔਰ ਪਾਣੀ, ਧਰਤੀ ਹੇਠਲਾ ਪਾਣੀ ਬਚਾਵਾਂਗੇ, ਨਦੀਆਂ ਨਾਲਿਆਂ ਦਾ ਪਾਣੀ ਜਿਹੜਾ ਪੋਲਿਊਟ ਕੀਤਾ ਉਹਨੂੰ ਬਚਾਵਾਂਗੇ ਔਰ ਇੱਕ ਵੀ ਬੂੰਦ ਪੰਜਾਬ ਦੀ, ਮੈਂ ਇੱਕ ਵਾਰ ਫਿਰ ਸਪਸ਼ਟ ਕਰਦਾ, ਇੱਕ ਵੀ ਬੂੰਦ ਪੰਜਾਬ ਦੀ, ਪੰਜਾਬ ਦੇ ਪਾਣੀ ਦੀ ਬਾਹਰਲੇ ਸੂਬਿਆਂ ਨੂੰ ਨਹੀਂ ਜਾਊਗੀ। ਜਦੋਂ SYL ਦੇ ਮਾਮਲੇ ਉੱਤੇ ਸੁਸ਼ੀਲ ਗੁਪਤਾ ਦੇ ਬਿਆਨ ਬਾਰੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਤੋਂ ਪੁੱਛਿਆ ਤਾਂ ਉਹਨਾਂ ਦਾ ਜਵਾਬ ਵੀ ਸੁਣੋ। ਸਰਕਾਰ ਆਏਗੀ ਔਰ ਡੋਲ ਡੋਲ ਤੱਕ ਪਾਣੀ ਹੋ ਜਾਏਗਾ, ਕਿਸ ਤਰ੍ਹਾਂ ਦੇਖਦੇ ਹੈ ਸਰ? मुंगेरी लाल के सपने देखना कोई मना नहीं। सरकार आएगी और डोल डोल तक पानी हो जाएंगे, किस तरह देखते हैं सर? मुंगेरी लाल के सपने देखना कोई मना नहीं। पंजाब विधानसभा चोणा तो पहला भी SYL दा मुद्दा गरमाया सी। उस समय अरविंद केजरीवाल ने पूरे मुद्दे उते कुछ इस तरह अपनी राय रखी सी। ये एक ऐसा मुद्दा नहीं है जिसके ऊपर की केजरीवाल ने ये स्टैंड बोल दिया तो ये समस्या का समाधान हो गया, फलाने ने ये स्टैंड बोल दिया तो ये समस्या का समाधान हो गया। मेरा अपना मानना है कि पंजाब के जो भी अधिकार हैं, पंजाब का जो भी हक है, वो किसी भी हालत में वो हक मरना नहीं चाहिए। उसको हम सुनिश्चित करेंगे कि पंजाब का जो भी हक है वो हक मरेगा नहीं। ये इस समस्या का समाधान या तो कोर्ट में और या मिल बैठ के, सब लोगों को मिल बैठ के इसका समाधान लेना पड़ेगा। SYL ਤੇ ਹਰਿਆਣਾ ਵਿੱਚ ਆਪ ਦੇ ਇੰਚਾਰਜ ਸਾਂਸਦ ਸੁਸ਼ੀਲ ਗੁਪਤਾ ਦੇ ਬਿਆਨ ਬਾਅਦ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਤੇ ਹਮਲਾਵਰ ਨੇ। ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੇ ਅਰਵਿੰਦ ਕੇਜਰੀਵਾਲ ਨੂੰ ਸਟੈਂਡ ਸਾਫ਼ ਕਰਨ ਲਈ ਕਿਹਾ ਹੈ। ਤੇ ਅਸੀਂ ਪੁੱਛਣ ਪਹਿਲੇ ਵੀ ਸਾਨੂੰ ਖਦਸ਼ਾ ਸੀ ਤੇ ਗੱਲ ਬਹੁਤ ਦਫਾਈ ਸੀ ਕਿ ਅਰਵਿੰਦ ਕੇਜਰੀਵਾਲ ਸਾਹਿਬ SYL ਦੇ ਉੱਤੇ ਆਪਣਾ ਸਟੈਂਡ ਕਲੀਅਰ ਕਰਨ। ਪੰਜਾਬ ਨਾਲ ਉਹ ਸਟੈਂਡ ਕਰਦੇ ਨੇ, ਹਰਿਆਣੇ ਨਾਲ ਕਰਦੇ ਕਿ ਦਿੱਲੀ ਨਾਲ ਕਰਨ, ਅਜੇ ਤੱਕ ਉਹਨਾਂ ਨੇ ਸਟੈਂਡ ਕਲੀਅਰ ਨਹੀਂ ਕੀਤਾ। ਅੱਜ ਅਸੀਂ ਰਿਪੀਟਡਲੀ ਇਹ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਗੁਪਤਾ ਸਾਹਿਬ ਨੇ, ਸੁਸ਼ੀਲ ਗੁਪਤਾ ਜੀ ਨੇ ਜਿਹੜੀ ਇਹ ਸਟੇਟਮੈਂਟ ਦਿੱਤੀ ਜਿਹੜੀ ਪੰਜਾਬ ਦੇ ਇੰਟਰਸਟ ਨੂੰ ਬਹੁਤ ਘਾਤਕ ਹੈ, ਕੀ ਉਹਦੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਸਹਿਮਤੀ ਹੈ ਇਸ ਗੱਲ ਦੇ ਨਾਲ? ਅਤੇ ਸਾਨੂੰ ਮਹਿਸੂਸ ਹੈ ਹੋਣਾ ਸ਼ੁਰੂ ਹੋਇਆ ਕਿ ਪੰਜਾਬ ਦੀਆਂ, ਕਿਉਂਕਿ ਵੋਟਾਂ ਲੈ ਲਈਆਂ ਗਈਆਂ, ਇਹਨਾਂ ਦੇ ਸਾਰੇ ਐਕਸ਼ਨ ਆਪ ਦੇ ਇਸ ਕਿਸਮ ਦੇ ਨੇ ਕਿ ਉਹ ਇੱਕ ਨੂੰ ਤਾਂ ਹੁਣ ਵਰਤ ਲਿਆ, ਹੁਣ ਅਗਲਿਆਂ ਦੀ ਤਿਆਰੀ ਕਰੀ, ਪਿਛਲੇ ਛੱਡੀ ਜਾਂਦੇ ਨੇ, ਅਗਲਿਆਂ ਨੂੰ ਫੜੀ ਜਾਂਦੇ।
ही हैज टू क्लियर दिस। उधर अकाली दल का कहना है कि जो मर्जी हो जाए वो नहर नहीं निकलन देंगे। एक बूंद पानी असी नहीं दे सकते, इस वाय नहर अकाली दल नहीं निकलन दूगा। जिहड़ी वड्डी गल है, सरदार प्रकाश सिंह जी बादल जो चीफ मिनिस्टर सी, उन्होंने जिहड़ी एस वाय दी जमीन अक्वायर कीती सी वह भी वापस फार्मर्स नूं देती है। हुण एस वाय दा मुद्दा जिहड़ा आम आदमी पार्टी उठा रही है कि पानी लैके जाना है, ਉਹ ਸੁਪਨੇ ਰਹਿਣਗੇ ਉਹਨਾਂ ਦੇ, ਜੋ ਮਰਜ਼ੀ ਜ਼ੋਰ ਲਾ ਲੈਣ ਅਸੀਂ ਨਹੀਂ ਜਾਣਦੇ। ਸਵਾਇਲ ਅਜਿਹਾ ਮੁੱਦਾ ਜਿਸ ਉੱਤੇ ਅੱਜ ਤੱਕ ਸਿਰਫ ਸਿਆਸਤ ਹੋਈ ਹੈ। ਪੰਜਾਬ ਹਰਿਆਣਾ ਕਿਸੇ ਵੀ ਸੂਬੇ ਵਿੱਚੋਂ ਚੋਣਾਂ ਹੋਣ, ਇਸ ਮੁੱਦੇ ਦਾ ਗੁਰਮਾਉਣਾ ਸੁਭਾਵਿਕ ਹੈ। ਫਰੰਟ ਫੁੱਟ ਦੇ ਵਿੱਚ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ। ਬ੍ਰੇਕ ਦੇ ਉਸ ਪਾਰ ਗੱਲ ਕਰਾਂਗੇ ਕੁਮਾਰ ਵਿਸ਼ਵਾਸ ਦੀ। ਮਸ਼ਹੂਰ ਕਵੀ ਅਤੇ ਸਾਬਕਾ ਆਮ ਆਦਮੀ ਪਾਰਟੀ ਦੇ ਲੀਡਰ ਕੁਮਾਰ ਵਿਸ਼ਵਾਸ ਅਤੇ ਪੰਜਾਬ ਪੁਲਿਸ ਦੇ ਵੱਲੋਂ ਨਫ਼ਰਤ ਫੈਲਾਉਣ ਦੇ ਇਲਜ਼ਾਮ ਦੇ ਹੇਠ ਮਾਮਲਾ ਦਰਜ ਕੀਤਾ ਗਿਆ। ਇਹ ਮਾਮਲਾ ਰੋਪੜ ਦੇ ਸਦਰ ਥਾਣੇ ਦੇ ਵਿੱਚ ਦਰਜ ਹੋਇਆ। ਇਸ ਦੇ ਨਾਲ ਹੀ 26 ਅਪ੍ਰੈਲ ਨੂੰ ਪੇਸ਼ ਹੋਣ ਦੇ ਲਈ ਸੰਮਣ ਵੀ ਜਾਰੀ ਕੀਤੇ ਗਏ ਨੇ। ਕੁਮਾਰ ਵਿਸ਼ਵਾਸ 'ਤੇ ਮਾਮਲਾ ਦਰਜ ਹੋਣ ਤੋਂ ਬਾਅਦ ਸਿਆਸਤ ਵੀ ਖੂਬ ਗਰਮਾਈ ਹੋਈ ਹੈ। ਆਮ ਆਦਮੀ ਪਾਰਟੀ ਦੇ ਖਿਲਾਫ ਕੀਤੀ ਟਿੱਪਣੀ ਹੁਣ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਨੂੰ ਮਹਿੰਗੀ ਪੈਂਦੀ ਜਾਪਦੀ ਹੈ। ਇਸ ਲਈ ਹੁਣ ਕੁਮਾਰ ਵਿਸ਼ਵਾਸ ਨੂੰ ਸੰਮਣ ਵੀ ਪਹੁੰਚ ਗਏ ਨੇ। ਬਕਾਇਦਾ ਬੁੱਧਵਾਰ ਸਵੇਰੇ ਪੰਜਾਬ ਪੁਲਿਸ ਗਾਜ਼ੀਆਬਾਦ ਸਥਿਤ ਕੁਮਾਰ ਵਿਸ਼ਵਾਸ ਦੇ ਘਰ ਇਹ ਸੰਮਣ ਦੇਣ ਪਹੁੰਚੀ, ਜਿਸ ਦੀ ਜਾਣਕਾਰੀ ਖੁਦ ਕੁਮਾਰ ਵਿਸ਼ਵਾਸ ਨੇ ਇੱਕ ਟਵੀਟ ਜ਼ਰੀਏ ਆਪਣੇ ਹੀ ਅੰਦਾਜ਼ ਸਾਂਝੀ ਕੀਤੀ ਹੈ। ਸਵੇਰੇ ਸਵੇਰੇ ਪੰਜਾਬ ਪੁਲਿਸ ਮੇਰੇ ਘਰ ਪਹੁੰਚੀ। ਮੈਂ ਭਗਵੰਤ ਮਾਨ ਨੂੰ ਅਗਾਹ ਕਰਦਾ, ਦਿੱਲੀ 'ਚ ਬੈਠੇ ਜਿਸ ਸ਼ਖਸ ਨੂੰ ਤੁਸੀਂ ਪੰਜਾਬ ਦੇ ਲੋਕਾਂ ਦੀ ਦਿੱਤੀ ਹੋਈ ਤਾਕਤ ਨਾਲ ਖੇਡਣ ਦੀ ਇਜਾਜ਼ਤ ਦੇ ਰਹੇ ਹੋ, ਉਹ ਇੱਕ ਦਿਨ ਤੁਹਾਨੂੰ ਤੇ ਪੰਜਾਬ ਨੂੰ ਧੋਖਾ ਦੇਵੇਗਾ। ਦੇਸ਼ ਮੇਰੀ ਚੇਤਾਵਨੀ ਨੂੰ ਯਾਦ ਰੱਖੇ। ਦਰਅਸਲ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਕੁਮਾਰ ਵਿਸ਼ਵਾਸ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉੱਤੇ ਖਾਲਿਸਤਾਨੀ ਸਮਰਥਕ ਹੋਣ ਸਮੇਤ ਕਈ ਗੰਭੀਰ ਇਲਜ਼ਾਮ ਲਾਏ ਸਨ। जो फ्रिंज एलिमेंट हैं, जो अलगाववादी संगठन हैं, जो खालिस्तानी मूवमेंट से जुड़े हुए लोग हैं, इनका साथ मत ले पिछले चुनाव में। और उसने कहा था कि नहीं नहीं हो जाएगा, चिंता मत कर, और कैसे चीफ मिनिस्टर बनेगा, तो उसने उसका फार्मूला भी बताया था कि ऐसे ऐसे भगवंत को और फुलका जी को लड़वा दूंगा और मैं पहुंच जाऊंगा। और आज भी वो उसी पथ पे है, मानो मत मानो, और नहीं भी है तो वो पपेट बिठा लेगा, कोई कुछ कर लेगा वो कुछ काम। तो ऐसे में उसने मुझे इतनी भयानक बातें बोली जो कि सबको पता है, पंजाब में सबको पता है, कि एक दिन तो मुझसे कहता है कि तू चिंता मत कर, या तो मैं एक स्वतंत्र सूबे का मुख्यमंत्री बनूंगा। और मैंने कहा ये अलगाववाद 2020 का रेफरेंडम आ रहा है, पूरी दुनिया फंडिंग कर रही है ISI से लेके और बाकी अलगाववादी ग्रुप। तो कहता तो क्या हो गया, तो स्वतंत्र देश का पहला प्रधानमंत्री बनूंगा। इन इल्जाम के तहत ही हुण रोपड़ के सदर थाने एक मामला दर्ज होया, जिस IPC दी वख-वख पांच तरावां जुड़ियां गईयां ने। रोपड़ सदर थाने के इंस्पैक्टर सुमित मोर की अगवाई च बुधवार नूं ही पुलिस कुमार विश्वास के घर सम्मण देके पहुंची सी। ਜਿਹੜਾ ਵਤੀਰਾ ਉਸ ਤੋਂ ਸ਼ੁਰੂ ਹੋਇਆ ਜਦੋਂ ਮਤਲਬ ਕੁਮਾਰ ਵਿਸ਼ਵਾਸ ਉਹਨਾਂ ਨੇ ਇੱਕ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕੀਤਾ ਸੀਗਾ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਲਿੰਕ ਕੀਤਾ ਗਿਆ ਸੀਗਾ। ਛਾਪੇਮਾਰੀ ਕੀਤੀ ਗਈ ਹੈ, ਕੀ ਹੋਇਆ, ਐਕਸ਼ਨ ਕੀ ਹੋਇਆ? ਇਹ ਕੋਈ ਛਾਪੇਮਾਰੀ ਨਹੀਂ ਕੀਤੀ ਗਈ ਹੈ ਜੀ, ਇਹਦੇ ਵਿੱਚ ਅਸੀਂ ਨੋਟਿਸ ਐਂਡ ਸੰਮਨ ਇਸ਼ੂ ਕੀਤੇ ਗਏ ਨੇ ਕੁਮਾਰ ਵਿਸ਼ਵਾਸ ਉਹਨਾਂ ਨੂੰ ਕਿ ਉਹ ਆ ਕੇ ਜਿਹੜਾ ਵੀ ਉਹਨਾਂ ਦਾ ਪਰੂਫ ਹੈਗਾ, ਜਿਹੜਾ ਵੀਡੀਓਜ਼ ਦੇ ਪਿੱਛੇ ਜੋ ਵੀ ਪਰੂਫ ਉਹ ਦੇਣਾ ਚਾਹੁੰਦੇ ਨੇ, ਉਹ ਸਾਡੀ ਮਤਲਬ ਕਿ ਇਨਵੈਸਟੀਗੇਸ਼ਨ ਦੇ ਵਿੱਚ ਆ ਕੇ ਸਾਨੂੰ ਇੱਥੇ ਰੋਪੜ ਆ ਕੇ ਦੇਣ ਜੀ। ਕੋਈ ਛਾਪੇਮਾਰੀ ਨਹੀਂ ਕੀਤੀ ਗਈ। ਇਸ ਮਾਮਲੇ 'ਚ 12 ਅਪ੍ਰੈਲ ਨੂੰ ਮਾਮਲਾ ਦਰਜ ਹੋਇਆ ਹੈ, ਮੁਕੱਦਮਾ ਨੰਬਰ 25 ਰੂਪਨਗਰ ਦੇ ਸਦਰ ਥਾਣੇ 'ਚ ਦਰਜ ਕੀਤਾ ਗਿਆ, ਜਿਸ 'ਚ ਧਾਰਾ 53, 153A, 505, 505/2, 143, 147, 323, 341 ਅਤੇ 120B ਜੋੜੀ ਗਈ ਹੈ। ਕੁਮਾਰ ਵਿਸ਼ਵਾਸ ਨੂੰ ਸੌਂਪੇ ਗਏ ਸੰਮਣਾਂ ਮੁਤਾਬਕ 26 ਅਪ੍ਰੈਲ ਨੂੰ ਪੇਸ਼ ਹੋਣ ਲਈ ਸਦਰ ਥਾਣੇ ਸੱਦਿਆ ਗਿਆ ਹੈ ਤੇ ਕੁਮਾਰ ਵਿਸ਼ਵਾਸ ਨੂੰ ਆਪਣੇ ਇਲਜ਼ਾਮਾਂ ਦੇ ਸਬੂਤ ਪੇਸ਼ ਕਰਨ ਲਈ ਵੀ ਕਿਹਾ ਗਿਆ ਹੈ। ਪੰਜਾਬ ਪੁਲਿਸ ਦੇ ਕੁਮਾਰ ਵਿਸ਼ਵਾਸ ਦੇ ਘਰ ਪਹੁੰਚਣ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਉਬਾਲ ਆ ਗਿਆ ਹੈ। ਵਿਰੋਧੀ ਇਸ ਨੂੰ ਬਦਲਾਖੋਰੀ ਦੀ ਕਾਰਵਾਈ ਦੱਸ ਰਹੇ ਨੇ। ਪਤਾ ਲੱਗਿਆ ਟਵੀਟ ਤੋਂ ਬਾਅਦ ਕਿ ਪੁਲਿਸ ਉਹਨਾਂ ਦੇ ਘਰੇ ਗਈ ਹੈ, ਐਂਡ ਫਿਰ ਇਹ ਵੀ ਪਤਾ ਲੱਗਿਆ ਕਿ ਕੋਈ ਉਹਨਾਂ ਦੇ ਪਰਚਾ ਦਰਜ ਕੀਤਾ ਰੋਪੜ ਪੁਲਿਸ ਨੇ। ਸੋ ਮੇਰਾ ਖਿਆਲ ਇਹ
ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਸ਼ਰਾਫਤ ਵਾਲਾ ਚਿਹਰਾ ਹੈ, ਜਿਹੜੇ ਕਹਿੰਦੇ ਵਿੰਡੇਟਾ ਪੋਲੀਟਿਕਸ ਨਹੀਂ ਕਰਦੇ। ਅਕਸਰ ਹੀ ਕੇਜਰੀਵਾਲ ਸਾਹਿਬ ਇਲਜ਼ਾਮ ਲਾਇਆ ਕਰਦੇ ਸਨ ਕੇਂਦਰ ਸਰਕਾਰ 'ਤੇ ਵੀ ਸਾਡਾ ਬੰਦਾ ਚੱਕ ਲਿਆ, MLA ਚੱਕ ਲਿਆ। ਅੱਜ ਉਸੇ ਤਰ੍ਹਾਂ ਦੀ ਪਿਰਤ ਮੈਂ ਸਮਝਦਾ ਹਾਂ ਕਿ ਜੇ ਉਹਨਾਂ ਨੇ ਕੁਛ ਬੋਲ ਵੀ ਦਿੱਤਾ ਤਾਂ ਮੇਰਾ ਖਿਆਲ ਕੋਈ ਐਡੀ ਕੋਈ ਗੱਲ ਨਹੀਂ ਵੀ ਪੁਲਿਸ ਉਹਨਾਂ ਨੂੰ ਚੱਕਣ ਦਿੱਲੀ ਚਲੀ ਜਾਵੇ। ਸੋ ਇਹ ਮਾੜੀ ਗੱਲ ਹੈ, ਲੋਕਤੰਤਰ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ। ਔਰ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ, ਤੁਹਾਨੂੰ ਲੋਕਾਂ ਨੇ, ਪੰਜਾਬ ਦੇ ਲੋਕਾਂ ਨੂੰ ਮੈਂਡੇਟ ਦਿੱਤਾ, ਤੁਸੀਂ ਐਵੇਂ ਆਪਦੇ ਆਕਾਂ ਨੂੰ ਖੁਸ਼ ਕਰਨ ਪਿੱਛੇ ਇਹੋ ਜਿਹੇ ਕੰਮ ਨਾ ਕਰੋ ਤਾਂ ਬਿਹਤਰ ਹੋਏਗਾ। ਐਸਾ ਕਿ ਪੰਜਾਬ ਦੀ ਪੁਲਿਸ ਦਾ ਪ੍ਰਯੋਗ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਇੱਕ ਵਿੰਗ ਵਾਂਗੂ ਕਰ ਰਿਹਾ। ਦੁਰਭਾਗ ਹੈ ਐਸੀ ਘਟਨਾਵਾਂ ਲੋਕਤੰਤਰ ਨੂੰ, ਦੇਸ਼ ਦੇ ਕੌਨਸਟੀਟਿਊਸ਼ਨ ਨੂੰ ਕਮਜ਼ੋਰ ਕਰ ਰਹੀ ਹੈ। ਵਿਰੋਧੀਆਂ ਨੇ ਸਵਾਲ ਚੁੱਕੇ ਤਾਂ ਜਵਾਬ ਸਰਕਾਰ ਨੂੰ ਦੇਣਾ ਪੜਦਾ ਹੈ। ਖੈਰ, ਇਸ ਸਭ ਦੇ ਵਿਚਾਲੇ ਇਹਨਾਂ ਸਮਾਂ ਦੇ ਮੁਤਾਬਕ ਕੁਮਾਰ ਵਿਸ਼ਵਾਸ ਨੂੰ 26 ਅਪ੍ਰੈਲ ਨੂੰ ਰੋਪੜ ਦੇ ਸਦਰ ਥਾਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਕਾਂਗਰਸੀ ਲੀਡਰ ਅਲਕਾ ਲਾਂਬਾ ਨੇ ਵੀ ਇਲਜ਼ਾਮ ਲਾਏ ਨੇ ਕਿ ਪੰਜਾਬ ਪੁਲਿਸ ਉਹਨਾਂ ਦੇ ਘਰ ਵੀ ਸੰਮਣ ਦੇ ਕੇ ਗਈ ਹੈ। ਅਲਕਾ ਲਾਂਬਾ ਨੇ ਇਹ ਜਾਣਕਾਰੀ ਆਪਣੇ ਟਵੀਟ ਉੱਤੇ ਸ਼ੇਅਰ ਕੀਤੀ ਹੈ। ਬੁਲੇਟਿਨ ਦੇ ਵਿੱਚ ਵੇਲਾ ਹੋ ਗਿਆ ਇੱਕ ਹੋਰ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਦੇ ਉਸ ਪਾਰ ਬਿਜਲੀ ਦੇ ਮੁੱਦੇ ਤੇ ਕਿਵੇਂ ਘਿਰੀ ਹੈ ਆਪ ਸਰਕਾਰ। ਪੰਜਾਬ ਦੇ ਵਿੱਚ ਮੁਫ਼ਤ ਬਿਜਲੀ ਤੇ ਨਵੀਂ ਸ਼ਰਤ ਦੇ ਨਾਲ ਆਪ ਸਰਕਾਰ ਘਿਰ ਗਈ ਹੈ। ਵਿਰੋਧੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੁਆਲੇ ਹੋ ਗਏ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੂਬੇ ਦੇ ਲੋਕਾਂ ਨੂੰ ਧੋਖਾ ਦੇਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਕੀ ਹੈ ਮੁਫ਼ਤ ਬਿਜਲੀ ਤੇ ਨਵੀਂ ਸ਼ਰਤ, ਇਹ ਰਿਪੋਰਟ ਦੇਖੋ। ਇਹ ਸਿਰਫ 1 ਕਿਲੋਵਾਟ ਤੱਕ ਜਿਹੜੇ SCBC ਐਂਡ BPL ਨੇ, 1 ਕਿਲੋਵਾਟ ਤੱਕ ਨੇ, ਉਹਨਾਂ ਦਾ 601 ਆਊਗਾ ਤੇ ਉਹਨਾਂ ਨੂੰ 1 ਯੂਨਿਟ ਦਾ ਆਉਣਾ। ਪੰਜਾਬ 'ਚ ਮੁਫ਼ਤ ਬਿਜਲੀ ਦੇ ਵਾਅਦੇ ਤੇ ਇੱਕ ਹੋਰ ਸ਼ਰਤ ਤੋਂ ਬਾਅਦ ਮਾਨ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਬਿਜਲੀ ਮੰਤਰੀ ਦੇ ਸਪਸ਼ਟੀਕਰਨ ਤੋਂ ਬਾਅਦ ਵਿਰੋਧੀ ਸਰਕਾਰ ਦੁਆਲੇ ਹੋ ਗਏ ਨੇ। ਵਿਰੋਧੀ ਧਿਰਾਂ ਨੇ ਸਵਾਲ ਕੀਤਾ ਹੈ ਕਿ ਕੀ ਸਰਕਾਰ ਲਾਭ ਦੇ ਰਹੀ ਹੈ ਜਾਂ ਡਰਾਮਾ ਹੋ ਰਿਹਾ। ਵਿਰੋਧੀ ਇਸ ਨੂੰ ਜਨਰਲ ਕੈਟੇਗਰੀ ਤੋਂ ਬਾਅਦ SC ਵਰਗ ਨਾਲ ਵੀ ਸਰਕਾਰ ਦਾ ਧੋਖਾ ਦੱਸ ਰਹੇ ਨੇ। ਹੁਣ ਆ ਕੇ ਇਹ ਗੱਲ ਕਹਿਤੀ 1 ਕਿਲੋਵਾਟ ਤੱਕ ਦਾ ਹੋਏਗਾ, ਮੋਟਾ ਸਾਰਿਆਂ ਕੋ ਇਹ ਗੱਲ ਦੱਸ ਕੇ ਭਰਮਾ ਕੇ, ਲੋਕਾਂ ਨੂੰ ਭਰਮਾ ਕੇ ਕਿ 300-300 ਯੂਨਿਟ ਦੇਵਾਂਗੇ। ਹੁਣ ਆ ਕੇ ਉਹਦੇ 'ਚ ਕਿੰਤੂ ਪ੍ਰੰਤੂ ਸ਼ੁਰੂ ਕਰ ਲਏ। ਅਜੇ ਵੀ 1-2 ਮਹੀਨੇ ਵਿੱਚ ਪਏ ਨੇ ਜੁਲਾਈ ਆਉਂਦਿਆਂ, ਉਦੋਂ ਤੱਕ ਇਹ ਨਹੀਂ ਪਤਾ ਹੋਰ ਕੀ ਸੰਸ਼ੋਧਨ ਇਹਦੇ 'ਚ ਕਰਨਗੇ। ਵੇਖੋ ਜੀ, ਬਿਜਲੀ ਦਾ ਤਾਂ ਧੋਖਾ ਕੀਤਾ ਪੰਜਾਬ ਦੇ ਲੋਕਾਂ ਨੇ, ਵਿਖਾਇਆ ਕੁਛ ਹੀ ਕੱਢ ਇਹਦੇ ਵਿੱਚੋਂ ਹੋਰ ਲਿਆ। ਅਜੇ ਤਾਂ 2-2.5 ਮਹੀਨੇ ਰਹਿੰਦੇ ਨੇ, ਅਜੇ ਤਾਂ ਇਹ KVA ਤਾਂ ਨਹੀਂ ਆਏ, ਇਹਨਾਂ ਦਾ ਕੁਝ ਨਹੀਂ ਪਤਾ ਅੱਧੀ ਤੱਕ ਕਦੋਂ ਕਰਦੇ। ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਧੋਖਾਧੜੀ ਦਾ ਸਿਲਸਿਲਾ ਅੱਗੇ ਵਧਾਤਾ। ਫ੍ਰੀ ਬਿਜਲੀ ਦੀ ਬੜੀ ਧੂਮਧਾਮ ਨਾਲ ਜਿਹੜੀ ਘੋਸ਼ਣਾ ਕੀਤੀ, ਸਭ ਤੋਂ ਪਹਿਲਾਂ ਤੇ ਜਨਰਲ ਕੈਟਾਗਰੀ ਦੇ ਲੋਕਾਂ ਨਾਲ ਧੋਖਾ ਕੀਤਾ, ਉਹਨਾਂ ਨੂੰ ਉਸ ਲਾਭ ਤੋਂ ਵੰਚਿਤ ਕਰਤਾ ਔਰ ਕਿਹਾ ਕਿ 600 ਯੂਨਿਟ 2 ਮਹੀਨੇ ਤੋਂ ਉੱਪਰ ਇੱਕ ਵੀ ਵਰਤੋਗੇ ਤਾਂ ਪੂਰਾ ਬਿੱਲ ਦੇਣਾ ਪਏਗਾ। ਤੇ ਹੁਣ ਅੱਜ ਬਿਜਲੀ ਮੰਤਰੀ ਸਾਹਿਬ ਨੇ ਇੱਕ ਨਵਾਂ ਐਲਾਨ ਕਰਤਾ ਹੈ ਤੇ ਉਹ ਸਪਸ਼ਟ ਕਰਦਾ ਹੈ ਕਿ SC ਵਰਗ ਔਰ ਬਾਕੀ ਭਾਈਚਾਰਿਆਂ ਨਾਲ ਵੀ ਓਡੀ ਵੱਡੀ ਧੋਖਾਧੜੀ ਹੋ ਗਈ ਹੈ। ਉਹਨਾਂ ਨੇ ਇੱਕ ਸ਼ਰਤ ਹੋਰ ਜੋੜਤੀ ਹੈ ਕਿ ਸਿਰਫ 1 ਕਿਲੋਵਾਟ ਤੱਕ ਦੇ ਕਨੈਕਸ਼ਨ ਵਾਲਿਆਂ ਨੂੰ ਹੀ 600 ਯੂਨਿਟ ਫ੍ਰੀ ਤੱਕ ਦਾ ਲਾਭ ਮਿਲੇਗਾ, ਬਾਕੀਆਂ ਨੂੰ ਅਗਰ 1 ਵੀ ਯੂਨਿਟ ਉੱਪਰ ਬਾਲਣਗੇ ਤਾਂ ਪੂਰਾ ਬਿੱਲ ਦੇਣਾ ਪਏਗਾ। ਔਰ ਜੋ ਇਨਕਮ ਟੈਕਸ ਰਿਟਰਨ ਨਹੀਂ ਭਰਦੇ ਹੈ ਸਿਰਫ ਉਹਨਾਂ ਨੂੰ ਇਹ ਲਾਭ ਮਿਲੇਗਾ। ਇਹ ਸਾਰੀਆਂ ਸ਼ਰਤਾਂ ਜਿਹੜੀਆਂ ਰੋਜ਼ ਦਰ ਰੋਜ਼ ਨਵੀਆਂ ਜੁੜ ਰਹੀਆਂ ਹੈ, ਇਹ ਸਾਰੀਆਂ ਸ਼ਰਤਾਂ ਨੂੰ ਅਸੀਂ ਧੋਖਾਧੜੀ ਮੰਨਦੇ ਹਾਂ, ਫਰਾਡ ਮੰਨਦੇ ਹਾਂ। ਬਿਜਲੀ ਮੰਤਰੀ ਦੇ ਸਪਸ਼ਟੀਕਰਨ ਮੁਤਾਬਕ ਸਿਰਫ SC BC ਵਰਗ, ਸੁਤੰਤਰਤਾ ਸੈਲਾਨੀ ਤੇ ਉਹਨਾਂ BPL ਪਰਿਵਾਰਾਂ ਨੂੰ ਹੀ ਮੁਫ਼ਤ ਬਿਜਲੀ ਦਾ ਲਾਭ ਮਿਲੇਗਾ ਜਿਨ੍ਹਾਂ ਦਾ ਮੀਟਰ 1 ਕਿਲੋਵਾਟ ਤੱਕ ਦਾ ਹੈ। ਯਾਨੀ ਜੇਕਰ ਤੁਹਾਡਾ ਮੀਟਰ 1 ਕਿਲੋਵਾਟ ਤੋਂ ਵੱਧ ਹੈ ਤੇ ਤੁਸੀਂ 600 ਤੋਂ ਵੱਧ ਯੂਨਿਟ ਦੀ ਖਪਤ ਕਰੋਗੇ ਤਾਂ ਤੁਹਾਨੂੰ ਵੀ ਜਨਰਲ ਕੈਟੇਗਰੀ ਵਾਂਗ ਸਾਰੀਆਂ ਯੂਨਿਟਸ ਦਾ ਹੀ ਬਿੱਲ ਭਰਨਾ ਪਵੇਗਾ। ਦੇਖੋ, ਜਿਹੜਾ 200-250 ਕਰੋੜ ਦਾ ਮਾਲਕ ਆ ਤੇ SC ਆ, ਹੀ ਵਿਲ ਬੀ ਟੈਕਸਪੇਅਰ ਆ ਨਾ। ਤੇ ਜਿਹੜਾ ਬੰਦਾ ਟੈਕਸਪੇਅਰ ਆ
ਉਹਨੂੰ 601 ਬਾਲੂਗਾ ਨਾ ਤਾਂ ਉਹਨੂੰ 601 ਦਾ ਹੀ ਆਉਣਾ, ਚਾਹੇ ਉਹ ਐਸ ਸੀ ਵੀ ਕਿਉਂ ਨਹੀਂ ਆ। ਇਹ ਸਿਰਫ 1 ਕਿਲੋਵਾਟ ਤੱਕ ਆ ਜਿਹੜੇ ਜਿਹੜੇ ਐਸ ਸੀ ਬੀ ਸੀ ਐਂਡ ਬੀ ਪੀ ਐਲ ਨੇ 1 ਕਿਲੋਵਾਟ ਤੱਕ ਨੇ, ਉਹਨਾਂ ਦਾ 601 ਆਊਗਾ ਅਤੇ ਉਹਨਾਂ ਨੂੰ 1 ਯੂਨਿਟ ਦਾ ਆਉਣਾ, ਬਿਲਕੁਲ ਪੂਰਾ ਆਏਗਾ। ਜਿਹੜੇ ਐਸ ਸੀ ਬੀ ਸੀ ਬੀ ਪੀ ਐਲ ਫਰੀਡਮ ਫਾਈਟਰਸ ਜਿਹੜੇ ਨੋਨ ਟੈਕਸ ਪੇਅਰ ਨੇ, ਜਿਨ੍ਹਾਂ ਦੇ 1 ਕਿਲੋਵਾਟ ਤੱਕ ਦੇ ਕੁਨੈਕਸ਼ਨ ਨੇ, ਸਿਰਫ 1 ਕਿਲੋਵਾਟ ਤੱਕ ਦੇ, ਜੇ ਕਿਸੇ ਐਸ ਸੀ ਦਾ 2 ਕਿਲੋਵਾਟ ਦਾ ਕੁਨੈਕਸ਼ਨ ਆ ਨਾ ਅਤੇ ਉਹਦੇ 610 ਯੂਨਿਟ ਆਉਂਦੇ ਨੇ ਅਤੇ ਉਹਨੂੰ 610 ਦਾ ਹੀ ਬਿੱਲ ਆਉਣਾ, ਬਿੱਲ ਉਸ ਤਰ੍ਹਾਂ ਮਿਲਦਾ ਹੀ ਨਹੀਂ ਜੀ। ਉਹ ਤਾਂ ਪਿਛਲੀ ਸਰਕਾਰ ਵੇਲੇ ਵੀ ਇਵੇਂ ਸੀਗਾ, ਠੀਕ ਆ। ਅਤੇ ਜਿਹੜੇ ਬੰਦੇ ਦਾ ਕੁਨੈਕਸ਼ਨ ਹੀ 1 ਕਿਲੋਵਾਟ ਦਾ ਹੈ, 1 ਕਿਲੋਵਾਟ ਦਾ ਕੁਨੈਕਸ਼ਨ ਆ, ਉਹ ਬੰਦਾ 600 ਯੂਨਿਟ ਤੋਂ ਵੱਧ ਕੀ ਬਾਲ ਲੂਗਾ? ਨਾ ਤਾਂ ਉਹ ਘਰ ਸਬਮਰਸੀਬਲ ਲਾ ਸਕਦਾ, ਨਾ ਉਹ ਏ ਸੀ ਲਾ ਸਕਦਾ, ਉਹ ਤਾਂ 600 ਤੱਕ ਹੀ ਆ। ਅਤੇ ਜੇ ਕੋਈ ਐਸ ਸੀ ਬੀ ਸੀ ਉਹਦੇ 2 ਕਿਲੋਵਾਟ ਦੇ ਕੁਨੈਕਸ਼ਨ ਨੇ, 3 ਦੇ ਨੇ, 4 ਦੇ ਨੇ, ਅਤੇ ਉਹਦਾ ਬਿੱਲ 600 ਤੋਂ ਵੱਧ ਜਾਂਦਾ ਹੈ, ਅਤੇ ਫਿਰ ਤਾਂ ਉਹਨੂੰ ਵੀ 600 ਤੋਂ ਵੱਧ ਪੂਰਾ ਹੀ ਬਿੱਲ ਦੇਣਾ ਪਏਗਾ। ਤਾਂ ਆਪਾਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਜਨਰਲ ਕੈਟਾਗਰੀ ਨਾਲ ਕਿਸੇ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਕੋਈ ਵੀ ਨਹੀਂ ਆ? ਹਾਲਾਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਮੁਫ਼ਤ ਬਿਜਲੀ ਸੰਬੰਧੀ ਜੋ ਐਲਾਨ ਕੀਤਾ ਸੀ ਉਸ ਮੁਤਾਬਕ 1 ਜੁਲਾਈ 2022 ਤੋਂ ਹਰ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ। 2 ਮਹੀਨਿਆਂ 'ਚ ਹਰ ਪਰਿਵਾਰ ਨੂੰ 600 ਯੂਨਿਟ ਮੁਫ਼ਤ ਬਿਜਲੀ ਮਿਲਿਆ ਕਰੇਗੀ। 2 ਕਿਲੋਵਾਟ ਵਾਲੇ ਸਾਰੇ ਪਰਿਵਾਰਾਂ ਦਾ 31 ਦਸੰਬਰ 2021 ਤੱਕ ਦਾ ਬਕਾਇਆ ਬਿਜਲੀ ਬਿੱਲ ਮਾਫ਼ ਹੋਵੇਗਾ। ਐਸ ਸੀ ਬੀ ਸੀ ਬੀ ਪੀ ਐਲ ਪਰਿਵਾਰ 2 ਮਹੀਨੇ 'ਚ 600 ਯੂਨਿਟ ਤੋਂ ਵੱਧ ਬਿਜਲੀ ਖਰਚਦਾ ਹੈ ਤਾਂ 600 ਤੋਂ ਵੱਧ ਵਰਤੀ ਯੂਨਿਟ ਦੇ ਹੀ ਪੈਸੇ ਦੇਣੇ ਹੋਣਗੇ। ਬਾਕੀ ਪਰਿਵਾਰ 2 ਮਹੀਨੇ 'ਚ 600 ਯੂਨਿਟ ਤੋਂ ਵੱਧ ਬਿਜਲੀ ਖਰਚਦੇ ਨੇ ਤਾਂ ਸਾਰੀਆਂ ਯੂਨਿਟ ਦਾ ਬਿੱਲ ਦੇਣਾ ਹੋਵੇਗਾ। ਕਿਸਾਨਾਂ ਨੂੰ ਪਹਿਲਾਂ ਵਾਂਗ ਹੀ ਮੁਫ਼ਤ ਬਿਜਲੀ ਜਾਰੀ ਰਹੇਗੀ। ਸਨਅਤ ਅਤੇ ਵਪਾਰਕ ਬਿਜਲੀ ਦੇ ਰੇਟ ਨਹੀਂ ਵਧਣਗੇ। ਸਭ ਤੋਂ ਵੱਡੀ ਖੁਸ਼ਖਬਰੀ ਜਿਹੜੀ ਮੈਂ ਪੰਜਾਬੀਆਂ ਨੂੰ ਦੇਣ ਲੱਗਿਆ ਕਿ 1 ਜੁਲਾਈ 2022 ਤੋਂ, ਜੀ ਹਾਂ, 1 ਜੁਲਾਈ 2022 ਤੋਂ ਪੰਜਾਬ ਦੇ ਹਰ ਪਰਿਵਾਰ ਨੂੰ 300 ਯੂਨਿਟ ਪਰ ਮੰਥ, ਯਾਨੀ ਕਿ 300 ਯੂਨਿਟ 1 ਮਹੀਨੇ ਦੀ ਫ੍ਰੀ ਬਿਜਲੀ ਮਿਲੂਗੀ ਅਤੇ 2 ਮਹੀਨਿਆਂ ਦਾ 600 ਯੂਨਿਟ ਹੋ ਗਿਆ। ਜਿਹੜੇ ਐਸ ਸੀ ਪਰਿਵਾਰ ਨੇ, ਬੀ ਸੀ ਪਰਿਵਾਰ ਨੇ, ਬੀ ਪੀ ਐਲ ਪਰਿਵਾਰ ਨੇ ਜਾਂ ਫਰੀਡਮ ਫਾਈਟਰ ਨੇ, ਉਹਨਾਂ ਨੂੰ ਪਹਿਲਾਂ 200 ਯੂਨਿਟ ਜਿਹੜਾ ਉਹ ਫ੍ਰੀ ਮਿਲਦੇ ਸੀ, ਹੁਣ ਉਹਨਾਂ ਨੂੰ ਵੀ 300 ਯੂਨਿਟ ਪਰ ਮੰਥ ਬਿਜਲੀ ਮਿਲੂਗੀ। ਜੇ ਉਹ 2 ਮਹੀਨਿਆਂ ਦੇ ਵਿੱਚ 600 ਤੋਂ ਉੱਪਰ ਬਿਜਲੀ ਇਸਤੇਮਾਲ ਕਰਦੇ ਨੇ, ਫਰਜ਼ ਕਰ ਲਓ 640 ਯੂਨਿਟ ਉਹਨਾਂ ਦੀ 2 ਮਹੀਨਿਆਂ ਦੇ ਵਿੱਚ ਬਿਜਲੀ ਇਸਤੇਮਾਲ ਹੋਊਗੀ ਜਾਂ 645 ਯੂਨਿਟ ਇਸਤੇਮਾਲ ਹੋਊਗੀ, ਤਾਂ ਉਹਨਾਂ ਨੂੰ ਸਿਰਫ 40 ਜਾਂ 45, 600 ਤੋਂ ਉੱਪਰ ਜਿੰਨੇ ਵੀ ਨੇ ਉਹਨਾਂ ਦਾ ਹੀ ਬਿੱਲ ਦੇਣਾ ਪਊਗਾ। ਮੁੱਖ ਮੰਤਰੀ ਮਾਨ ਦੇ ਐਲਾਨ ਤੇ ਬਿਜਲੀ ਮੰਤਰੀ ਦੇ ਸਪਸ਼ਟੀਕਰਨ ਤੋਂ ਬਾਅਦ ਜਿੱਥੇ ਪੰਜਾਬ ਦੇ ਲੋਕਾਂ 'ਚ ਦੁਵਿਧਾ ਪੈਦਾ ਹੋ ਸਕਦੀ ਹੈ, ਉੱਥੇ ਹੀ ਵਿਰੋਧੀਆਂ ਨੂੰ ਸਰਕਾਰ ਖਿਲਾਫ਼ ਇੱਕ ਹੋਰ ਮੁੱਦਾ ਵੀ ਮਿਲ ਗਿਆ, ਯਾਨੀ ਹੁਣ ਆਪਣੀ ਮੁਫ਼ਤ ਬਿਜਲੀ ਵਾਲੀ ਗਾਰੰਟੀ ਤੇ ਮਾਨ ਸਰਕਾਰ ਖੁਦ ਹੀ ਕਨਫਿਊਜ਼ ਨਜ਼ਰ ਆ ਰਹੀ ਹੈ। ਫਰੰਟ ਫੁੱਟ ਦੇ ਵਿੱਚ ਵੇਲਾ ਹੋ ਗਿਆ ਇੱਕ ਹੋਰ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਲੁਧਿਆਣਾ ਦੇ ਵਿੱਚ ਪੂਰਾ ਪਰਿਵਾਰ ਅੱਗ ਦੀ ਭੇਂਟ ਚੜ੍ਹ ਗਿਆ। ਇਹ ਅੱਗ ਲੁਧਿਆਣਾ ਦੇ ਟਿੱਬਾ ਰੋਡ ਸਥਿਤ ਇੱਕ ਝੌਂਪੜੀ ਨੂੰ ਲੱਗੀ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਅੰਦਰ ਸੁੱਤੇ ਪਰਿਵਾਰ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਰਾਤ ਦੇ ਹਨੇਰੇ 'ਚ ਅੱਗ ਦੀਆਂ ਇਹਨਾਂ ਲਪਟਾਂ ਦੀ ਭੇਂਟ 7 ਜ਼ਿੰਦਗੀਆਂ ਚੜ੍ਹੀਆਂ। ਹੱਸਦਾ ਵਸਦਾ ਪਰਿਵਾਰ ਜ਼ਿੰਦਾ ਸੜ ਗਿਆ। ਰਾਤ ਨੂੰ ਲੱਗੀ ਇਹ ਅੱਗ ਇੰਨੀ ਭਿਆਨਕ ਸੀ ਕਿ ਸਵੇਰ ਤੱਕ ਸਭ ਰੱਖ ਕਰ ਗਈ। ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਨੇ ਲੁਧਿਆਣਾ ਦੇ ਟਿੱਬਾ ਰੋਡ ਦੀਆਂ, ਜਿੱਥੇ ਮੰਗਲਵਾਰ ਰਾਤ ਇੱਕ ਝੌਂਪੜੀ 'ਚ ਅੱਗ ਲੱਗ ਗਈ ਤੇ ਅੰਦਰ ਸੁੱਤੇ ਪਰਿਵਾਰ ਦੇ 1 ਵੀ ਜੀ ਨੂੰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਜਿਸਨੇ ਵੀ ਇਹ ਹਾਦਸਾ ਆਪਣੀ ਅੱਖੀ ਵੇਖਿਆ ਉਸ ਦੇ ਲੂ ਕੰਡੇ ਖੜੇ ਹੋ ਗਏ। ਯਹਾਂ ਪੇ ਯਹੀ ਹੁਆ ਕਿ ਰਾਤ ਕੋ ਬਾਈ ਚਾਂਸ ਆਗ ਕੈਸੇ ਲਗਾ ਉਹ ਤਾਂ ਪਤਾ ਨਹੀਂ ਲਗਾਇਆ, ਮੇਰੇ ਸਾਥ ਲਗਾਇਆ ਗਿਆ ਆ ਗਿਆ ਲੇਕਿਨ ਠੀਕ ਹੈ ਨਾ, ਔਰ ਸਾਥ ਕੇ ਸਾਥ ਉਹ ਬੱਚੇ ਬੁੱਚੇ ਸਾਰੇ ਫੈਮਿਲੀ ਖਤਮ ਹੋ ਗਏ। ਕਿੰਨੇ ਲੋਕ ਥੇ ਇਸਮੇ? ਇਸਮੇ 7 ਆਦਮੀ ਥੇ, 2 ਮਾਂ ਬਾਪ ਥੇ
चार बच्चे थे, एक लड़का था। देखिए दो बजे बुल रहा लगा हुआ था आग, दो बजे आग लगा हुआ था यहाँ पे, एक डेढ़ घंटे में काबू पा लिया था, लेकिन नहीं बचा पाया कोई बंदे ने। देखो रात को मैंने अराउंड 3 बजे की इन्फॉर्मेशन मिली है, उस तो बाद असं थोड़ा अपने स्टाफ न विजिलेंट किया, एमरजेंसी तैयार करवा ली सी, रेडी करवा ली सी कि कोई कैजुअलिटीज आदि हैं, पर एज सच कैजुअलिटीज नहीं आई हैं, पर 7 डेड बॉडीज़ हैं, सवेरे शिफ्ट हुई हैं मॉर्चरी, तो जो ही पुलिस पेपर आ जाते हैं असं पोस्टमार्टम करवा दें। पुलिस मुताबक इस हादसे की वजह नेड़े स्थित कूड़े के डंप च लगी अग बनी, जो हवा कारण रात नूं भड़की ते नाल लगी एक चौंपड़ी नूं अपनी लपेट च लै लिया, जिस कारण एको परिवार के 7 मैंबर जिंदा सड़ गए, जिन्हां चों 5 बच्चे भी शामिल ने। सानू रात कोई 2:45 बजे तलाह मिली थी जी, भी मक्कड़ कलोनी कूड़ा डंप लागे झुग्गी अग लगी आ, उत्थे असीं मौके ते गए आ, ते जांदियां नूं मतलब फायर ब्रिगेड आया, सारा कुछ अग बुझाई, उत्थे ਜਿਹੜਾ ਆਪਣੇ ਸੁਰੇਸ਼ ਸਾਹਨੀ ਨਾਂ ਦਾ ਬੰਦਾ ਰਹਿੰਦਾ ਸੀ, ਸੁਰੇਸ਼ ਸਾਹਨੀ ਨਾਂ ਦਾ ਬੰਦਾ ਰਹਿੰਦਾ ਸੀ, ਇਹਦੇ 6 ਬੱਚੇ ਨੇ, ਇਹਦਾ ਜਿਹੜਾ ਸਭ ਤੋਂ ਵੱਡਾ ਰਜੇਸ਼ ਬੇਟਾ ਉਹ ਕਿਸੇ ਆਪਣੇ ਦੋਸਤ ਕੋਲ ਸੁੱਤਾ ਸੀ, ਰਜੇ ਆਪਣੇ ਜਿਹੜਾ ਹੈਗਾ ਮੁਕੇਸ਼ ਸਾਹਨੀ ਸੁਰੇਸ਼ ਸਾਹਨੀ, ਇਹਦੀ ਵਾਈਫ ਅਤੇ 4 ਬੇਟੀਆਂ ਅਤੇ 1-2 ਸਾਲ ਦਾ ਬੇਟਾ, ਇਹ ਸੁੱਤੇ ਪਏ ਸੀ, ਅਤੇ ਬਸ ਅੱਗ ਲੱਗਣ ਨਾਲ ਸਾਰਿਆਂ ਦੀ ਡੈਥ ਹੋ ਗਈ ਆ। ਅੱਗ ਲਗਾਉਣ ਵਾਲੀ ਤਾਂ ਕੋਈ ਗੱਲ ਫਿਲਹਾਲ ਸਾਹਮਣੇ ਨਹੀਂ ਆਈ ਆ, ਪਤਾ ਲੱਗਦਾ ਵੀ ਜਾਂ ਇਹਨਾਂ ਦੇ ਇੱਕ ਤਾਂ ਸ਼ੋਰਟ ਸਰਕਟ ਨਾਲ, ਜਾਂ ਜਿਹੜੀ ਝੁੱਗੀ ਆ ਉਹਦੇ ਵਿੱਚ ਇਹਨੇ ਚੁੱਲ੍ਹਾ ਬਣਾਇਆ, ਹੋ ਸਕਦਾ ਉੱਥੋਂ ਅੱਗ ਲੱਗੀ ਹੋਵੇ। ਇਸ ਹਾਦਸੇ 'ਚ ਜਾਨ ਗੁਆਉਣ ਵਾਲਾ ਇਹ ਪਰਿਵਾਰ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦਾ ਰਹਿਣ ਵਾਲਾ ਸੀ, ਜਿਨ੍ਹਾਂ ਦੀ ਪਹਿਚਾਣ 55 ਸਾਲਾ ਸੁਰੇਸ਼ ਸਾਹਨੀ, 52 ਸਾਲਾ ਅਰੁਣਾ ਦੇਵੀ, 15 ਸਾਲਾ ਰਾਖੀ, 10 ਸਾਲਾ ਮਨੀਸ਼, 10 ਸਾਲਾ ਗੀਤਾ, 8 ਸਾਲਾ ਚੰਦਾ ਤੇ 2 ਸਾਲਾ ਸਨੀ ਵਜੋਂ ਹੋਈ ਹੈ। ਹਾਲਾਂਕਿ ਹਾਦਸੇ ਦੇ ਵਿੱਚ ਪਰਿਵਾਰ ਦਾ ਵੱਡਾ ਬੇਟਾ ਰਾਜੇਸ਼ ਬਚ ਗਿਆ, ਜੋ ਕਿ ਰਾਤ ਨੂੰ ਆਪਣੇ ਕਿਸੇ ਦੋਸਤ ਦੇ ਘਰ ਰੁਕਿਆ ਹੋਇਆ ਸੀ। ਰਾਜੇਸ਼ ਭਾਵੇਂ ਇਸ ਹਾਦਸੇ 'ਚ ਬਚ ਗਿਆ, ਪਰ ਆਪਣੇ ਪਰਿਵਾਰ ਦੀ ਇਹ ਦਰਦਨਾਕ ਮੌਤ ਉਸਨੂੰ ਤਾਂ ਉਮਰ ਸਤਾਉਂਦੀ ਰਹੇਗੀ। ਲੁਧਿਆਣਾ 'ਚ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਡੰਪ 'ਚ ਲਾਪਰਵਾਹੀ ਨਾਲ ਲਗਾਈ ਗਈ ਅੱਗ ਕਈ ਜਾਨਲੇਵਾ ਹਾਦਸਿਆਂ ਦੀ ਵਜ੍ਹਾ ਬਣ ਚੁੱਕੀ ਹੈ। ਫਰੰਟ ਫੁੱਟ ਦੇ ਵਿੱਚ ਫਿਲਹਾਲ ਇੰਨਾ ਹੀ, ਪਰ SYL ਦੇ ਮੁੱਦੇ ਤੇ ਕਿਉਂ ਤੇਜ਼ ਹੋਈ ਹੈ ਇੱਕ ਵਾਰ ਫਿਰ ਤੋਂ ਸਿਆਸਤ, ਇਹ ਦੇਖਣਾ ਨਾ ਭੁੱਲਣਾ ਸਾਡੀ ਖਾਸ ਪੇਸ਼ਕਸ਼ ਲੀਡ ਸਟੋਰੀ ਦੇ ਵਿੱਚ। ਮੈਨੂੰ ਤੋਂ ਇਜਾਜ਼ਤ, ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ABP ਸਾਂਝਾ ਦੇ ਨਾਲ।